ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਟੈਕਨੀਕਲ ਸਰਵ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੁਸੀਂ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਵੀ ਜ਼ਰੂਰ ਦਬਾਓ ਇਹਦੇ ਨਾਲ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜੋ ਨਵਾਂ ਅਪਡੇਟ ਆਇਆ ਹੈ ਉਸ ਬਾਰੇ ਇਨਫਰਮੇਸ਼ਨ ਮੈਂ ਸਾਰੀ ਤੁਹਾਨੂੰ ਦਿਆਂਗਾ ਪ੍ਰੀਖਿਆ ਕੇਂਦਰ ਸਬੰਧੀ ਜਾਣਕਾਰੀ ਮੈਂ ਦੇਵਾਂਗਾ ਇਹਦੇ ਬਾਰੇ ਔਰ 10ਵੀਂ ਪਲੱਸ 2 ਦੇ ਜੋ ਪੇਪਰ ਹੋਣੇ ਹਨ ਉਹ ਦੁਬਾਰਾ ਪੇਪਰ ਲੈ ਜਾਣੇ ਆ ਉਹਦੀ ਤਿਆਰੀ ਚੱਲ ਰਹੀ ਹੈ ਤੇ ਉਹਦੇ ਚ ਕਿੱਥੇ ਪੇਪਰ ਹੋਣਗੇ ਕਿਵੇਂ ਹੋਣਗੇ ਇਹ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹਦੇ ਨਾਲ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਜੋਬ ਰਿਲੇਟਡ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇਗੀ ਜੋ ਵੀ ਪੰਜਾਬ ਦੀਆਂ ਨਵੀਂ ਸਕੀਮਸ ਆਉਂਦੀਆਂ ਨੇ ਉਸ ਬਾਰੇ ਇਨਫਰਮੇਸ਼ਨ ਮਿਲਦੀ ਰਹੇਗੀ ਕੰਪਿਊਟਰ ਐਜੂਕੇਸ਼ਨ ਬਾਰੇ ਤੁਹਾਨੂੰ ਸਾਰਾ ਸੀ ਆਨਲਾਈਨ ਸਖਾਰਿਆ ਤੁਸੀਂ ਉਸ ਬਾਰੇ ਵੀ ਇਨਫਰਮੇਸ਼ਨ ਲੈ ਸਕਦੇ ਹੋ ਹੋਰ ਵੀ ਜਿਹੜੇ ਨਵੇਂ ਐਗਜ਼ਾਮ ਫਾਰਮ ਵਗੈਰਾ ਦੀ ਸਾਰੀ ਇਨਫਰਮੇਸ਼ਨ ਤੁਹਾਨੂੰ ਮਿਲਦੀ ਰਹੇਗੀ ਚਲੋ ਆਪਾਂ ਚੱਲਦੇ ਹਾਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਨਫਰਮੇਸ਼ਨ ਲਈ ਤਾਂ ਇਹਦੇ ਚ ਜੋ ਐਲਾਨ ਹੋਇਆ ਹੈ ਕਰੋਨਾ ਵਾਇਰਸ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਕਰੋਨਾ ਵਾਇਰਸ ਕਰਕੇ ਲਾਕਡਾਊਨ ਚੱਲ ਰਿਹਾ ਹੈ ਤੇ 10ਵੀਂ ਪਲੱਸ 2 ਦੀਆਂ ਜਿਹੜੀਆਂ ਪ੍ਰੀਖਿਆ ਸੀਗੀਆਂ ਉਹ ਕੈਨਸਲ ਕੀਤੀਆਂ ਗਈਆਂ ਸੀ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀਆਂ ਬਹੁਤ ਸਾਰੀਆਂ ਪ੍ਰੀਖਿਆ ਮਤਲਬ ਇਹ 30 ਕੈਨਸਲ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਦੁਬਾਰਾ ਤੋਂ ਇਹ ਪ੍ਰੀਖਿਆ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਲਈ ਸਾਰੇ ਜ਼ਿਲ੍ਹੇ ਦੇ ਅਧਿਕਾਰੀਆਂ ਕੋਲ ਪਹਿਲਾਂ ਤੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਸਬੰਧੀ ਜਾਣਕਾਰੀ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਖਿਆ ਲਈ ਜਾ ਸਕੀ ਮਤਲਬ ਕਿ ਸਾਰੇ ਜ਼ਿਲ੍ਹਾ ਡੀ ਅਫਸਰਾਂ ਨੂੰ ਬੋਰਡ ਵੱਲੋਂ ਅੱਜ ਤਾਂ ਦੇ ਦਿੱਤੀਆਂ ਗਈਆਂ ਕਿ ਤੁਸੀਂ ਜਿਹੜੇ-ਜਿਹੜੇ ਪਹਿਲਾਂ ਤੁਹਾਡੇ ਇੱਥੇ ਪ੍ਰੀਖਿਆ ਕੇਂਦਰ ਸਨ ਉਹਨਾਂ ਦਾ ਸਾਰਾ ਬਾਇਓ ਡਾਟਾ ਸਾਨੂੰ ਦਿਓ ਤੇ ਜਿਹੜੇ ਜ਼ਿਲ੍ਹੇ ਵਿੱਚ ਕੋਵਿਡ-19 ਦੇ ਕੇਸ ਵਾਧ ਹਨ ਉਹਨਾਂ ਨੂੰ ਰੈੱਡ ਜ਼ੋਨ ਖੇਤਰਾਂ ਵਿੱਚ ਰੱਖਿਆ ਜਾਏਗਾ ਮਤਲਬ ਕਿ ਜਿਹੜੇ ਰੈੱਡ ਜ਼ੋਨ ਖੇਤਰ ਹੋਣਗੇ ਉੱਥੇ ਪਹਿਲਾਂ ਤੋਂ ਬਣਾਏ ਪ੍ਰੀਖਿਆ ਕੇਂਦਰਾਂ ਨੂੰ ਤਬਦੀਲ ਕੀਤਾ ਜਾਏਗਾ ਜਿਵੇਂ ਮੰਨ ਕੇ ਚੱਲੋ ਕਿ ਲੁਧਿਆਣਾ ਜਲੰਧਰ ਰੈੱਡ ਜ਼ੋਨ ਚ ਹਨ ਤੇ ਉਹਨਾਂ ਦੇ ਜਿਹੜੇ ਪ੍ਰੀਖਿਆ ਕੇਂਦਰ ਹੈ ਉਹ ਨੇੜੇ ਦੇ ਜ਼ਿਲ੍ਹੇ ਦੇ ਵਿੱਚ ਤਬਦੀਲ ਕੀਤੇ ਜਾਣਗੇ ਉੱਥੇ ਦੀ ਬਦਲ ਕੇ ਪ੍ਰੀਖਿਆ ਕੇਂਦਰ ਜਿਹੜੇ ਦੂਜੇ ਦੂਸਰੇ ਜ਼ਿਲ੍ਹਿਆਂ ਵਿੱਚ ਬਣਾਏ ਜਾਣਗੇ ਇਸ ਸਬੰਧੀ ਪੂਰੀ ਜਾਣਕਾਰੀ ਸਿੱਖਿਆ ਬੋਰਡ ਵੱਲੋਂ ਮੰਗੀ ਗਈ ਹੈ ਪੀ ਐਸ ای ਬੀ ਵੱਲੋਂ ਅੱਜ ਈਮੇਲ ਰਾਹੀਂ ਸਾਰੀਆਂ ਸੂਚਨਾ ਦੇਣ ਨੂੰ ਕਿਹਾ ਗਿਆ ਹੈ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜ਼ਿਲ੍ਹੇ ਦੇ ਮੌਜੂਦ ਹਾਲਾਤਾਂ ਨੂੰ ਦੇਖਦੇ ਹੋਏ ਕੋਈ ਫੈਸਲਾ ਲਿਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮਤਲਬ ਕਿ ਜਿਹੜੇ ਰੈੱਡ ਰੈੱਡ ਜ਼ੋਨ ਚ ਔਰੇਂਜ ਜ਼ੋਨ ਚ ਗ੍ਰੀਨ ਜ਼ੋਨ ਚ ਨੇ ਉਹਨਾਂ ਨੂੰ ਅਲੱਗ-ਅਲੱਗ ਪ੍ਰੀਖਿਆ ਕੇਂਦਰ ਚੇਂਜ ਕੀਤੇ ਜਾਣਗੇ ਪੀਐਸਈਬੀ ਨੇ ਸਾਰੇ ਸਬੰਧਤ ਸਿੱਖਿਆ ਅਫਸਰਾਂ ਤੋਂ ਉਹਨਾਂ ਜ਼ਿਲ੍ਹਿਆਂ ਸੰਬੰਧੀ ਪੂਰੀ ਜਾਣਕਾਰੀ ਮੰਗੀ ਹੈ ਜਿਨ੍ਹਾਂ ਨੂੰ ਕੰਟੈਂਨਮੈਂਟ ਜ਼ੋਨ ਵਿੱਚ ਰੱਖਿਆ ਗਿਆ ਹੈ ਤੇ ਨਾਲ ਹੀ ਇਹ ਵੀ ਜਕੀਨੀ ਬਣਾਉਣ ਨੂੰ ਕਿਹਾ ਗਿਆ ਹੈ ਕਿ ਜਿਹੜੇ ਖੇਤਰਾਂ ਵਿੱਚ ਕਰੋਨਾ ਪੀੜਤਾ ਦੀ ਗਿਣਤੀ ਵਧ ਹੈ ਉਹਨਾਂ ਤੋਂ ਸਿੱਖਿਆ ਕੇਂਦਰ ਤਬਦੀਲ ਕਰਕੇ ਦੂਸਰੇ ਰਾਜਾਂ 'ਚ ਸ਼ਿਫਟ ਕੀਤੇ ਜਾਣ ਮਤਲਬ ਕਿ ਦੂਸਰੇ ਜਿਹੜੇ ਰੈੱਡ ਜ਼ੋਨ ਦੇ ਵਿੱਚ ਆਉਂਦੇ ਹਨ ਜਿੱਥੇ ਕਰੋਨਾ ਵਾਇਰਸ ਦੇ ਪੀੜਤ ਜ਼ਿਆਦਾ ਹਨ ਉਹਨਾਂ ਦੇ ਕੇਂਦਰ ਉੱਥੋਂ ਰੱਦ ਕੀਤੇ ਜਾਣਗੇ ਤੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ ਕੀਤੇ ਜਾਣਗੇ ਇਸ ਸੰਬੰਧੀ ਜਾਣਕਾਰੀ ਬੋਰਡ ਵੱਲੋਂ ਆਈ ਹੈ ਤੇ ਬਾਕੀ ਦੀ ਇਨਫਰਮੇਸ਼ਨ ਵੀ ਮੈਂ ਤੁਹਾਨੂੰ ਦੇਵਾਂਗਾ ਕਿ ਕਦੋਂ ਕਿਹੜੇ ਪ੍ਰੀਖਿਆ ਕੇਂਦਰ ਇਹਨਾਂ ਨੇ ਬਣਾਏ ਹਨ ਉਹਨਾਂ ਦੀ ਲਿਸਟ ਸਾਰੀ ਜਾਰੀ ਕੀਤੀ ਜਾਏਗੀ ਦੁਬਾਰਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਵੀ ਆਪਸ਼ਨ ਆਉਣ ਗਿਆ ਤਾਂ ਮੈਂ ਤੁਹਾਨੂੰ ਇਨਫਰਮੇਸ਼ਨ ਅੱਗੇ ਦਿੰਦਾ ਰਹੂੰਗਾ ਜੇ ਇਨਫਰਮੇਸ਼ਨ ਵਧੀਆ ਲੱਗੀ ਹੈ ਤੇ ਆਪਣੇ ਫਰੈਂਡ ਸਰਕਲ ਨੂੰ ਜਰੂਰ ਸ਼ੇਅਰ ਕਰੋ ਤੇ ਜਿਨ੍ਹਾਂ ਚ ਨਵੀਆਂ ਡੇਟਸ ਦੀ ਇਨਫਰਮੇਸ਼ਨ ਨਹੀਂ ਆਉਂਦੀ ਉਹਨਾਂ ਤੇ ਉਨੀ دیر ਆਪਣੇ ਸਟੱਡੀ ਤੇ ਫੋਕਸ ਕਰੋ ਥੈਂਕਸ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਵੀ ਕਰ ਦਿਓ ਥੈਂਕਸ